ਪ੍ਰਿੰਸੀਪਲ ਸਰਵੰਤ ਸਿੰਘ ਦੀ ਪੁਸਤਕ ਪੰਜਾਬ ਦੇ ਉੱਗੇ ਖਿਡਾਰੀ ਦਾ ਅਖੀਰਲਾ ਲੇਖ ਅਖਾੜੇ ਦਾ ਸ਼ਹੀਦ ਜਰਨੈਲ ਸਿੰਘ ਦਾ ਅੰਤ ਦੌੜਦਿਆਂ ਹੋਇਆ 14 ਕਿਲੋਮੀਟਰ ਦੀ ਦੌੜ ਵਿੱਚ ਆਲੇ ਛੱਡਣ ਦੀ ਥਾਂ ਉਹਨੇ ਮਰਨਾ ਪਰਮਾਨ ਕੀਤਾ ਦੌੜ ਵਿੱਚ ਉਹਨੇ ਇੰਨਾ ਜ਼ੋਰ ਲਾਇਆ ਕਿ ਬਾਅਦ ਵਿੱਚ ਨਾ ਕੋਈ ਡਾਕਟਰ ਉਹਨੂੰ ਬਚਾ ਸਕਿਆ ਤੇ ਨਾ ਦਵਾਈ ਜਿਸ ਕੱਚੇ ਬਣਨ ਨਾਲ ਉਹ ਦੌੜਿਆ ਉਸੇ ਕੱਚੇ ਬਨਾਨੇ ਵਿੱਚ ਪਰਲੋਕ ਸਿਧਾਰਿਆ 10 ਸਵਰੇ ਪਹਿਲਾਂ ਮੈਂ ਉਹਦੇ ਬਾਰੇ ਆਰਟੀਕਲ ਲਿਖਿਆ ਸੀ ਤਾਂ ਉਹਦਾ ਨਾਂ ਕਲੈਰੀਮੋਰ ਰੱਖਿਆ ਸੀ ਆਰਟੀਕਲ ਦੀ ਅਖੀਰਲੀ ਸਤਰ ਸੀ ਕਲੈਰੀਆ ਮੋਰਾਵੇ ਮੈਨਾ ਤੇਰੇ ਰਹਿੰਦੀ ਤੇ ਮੁੱਢਲਾ ਪੈਰਾ ਸੀ ਜਰਨਲ ਨਾ ਗੱਲਾਂ ਤੋਂ ਥ੍ਰੀਟ ਲੱਗਦਾ ਹੈ ਨਾ ਚਾਲ ਢਾਲ ਤੋਂ ਅਸਲ ਵਿੱਚ ਉਹ ਲਹਿਰੀ ਬੰਦਾ ਹੈ ਮੋਜੀ ਜਿਆ ਸਿਰੜੀ ਜਿਆ ਹਸਮੁਖਾ ਤੇ ਉਦਾਸ ਉਹਦਾ ਛੇਤੀ ਕੀਤਿਆਂ ਭੇਤ ਨਹੀਂ ਲੱਗਦਾ ਉਹ ਝੋਲਾ ਮਾਰ ਕੇ ਤੁਰਦਾ ਨੀਵੀਂ ਪਾਈ ਹੌਲੀ ਹੌਲੀ ਨਸ਼ਿਆਂ ਟੁੱਟੇ ਅਮਲੀ ਵਾਂਗ ਬਾਹਾਂ ਉਹਦੀਆਂ ਪਲਵਾਨਾਂ ਵਾਂਗ ਖੁੱਲੀਆਂ ਰਹਿੰਦੀਆਂ ਹਨ ਬਹੁਤੀ ਵਾਰ ਉਦਾਸ ਦਿਸਦਾ ਹੈ ਖੁਸ਼ੀ ਉਹਦੇ ਮੂੰਹ ਤੇ ਬੱਦਲਾਂ ਦੀ ਛਾਂ ਵਾਂਗ ਆਉਂਦੀ ਹੈ ਤੇ ਖੁਸ਼ੀ ਦੀ ਛਾਵੇਂ ਉਹ ਕੋਈ ਮौज ਦੀ ਗੱਲ ਕਰਦਾ ਉਦੋਂ ਮੈਂ ਉਹਦਾ ਸ਼ੌਕ ਪੁੱਛਿਆ ਤਾਂ ਉਹਨੇ ਹੱਸਦਿਆਂ ਮਖੋਲੀਆ ਲੈ ਜੇ ਚ ਗਿਆ ਸੀ ਸ਼ੌਕ ਬਥੇਰੇ ਹਨ ਪਰ ਹੁਣ ਸਾਰੇ ਭੁੱਲ ਗਏ ਹੁਣ ਤਾਂ ਦੁਨੀਆ ਬੁਰੀ ਲੱਗਦੀ ਐ ਹੁਣ ਤਾਂ ਸ਼ੌਕ ਐ ਬਈ ਗਾਹਾਂ ਜਾ ਕੇ ਸ਼ਰਾਬੀ ਬਣਾਂਗੇ ਤੇ ਦੁਨੀਆ ਦੇ ਦੁੱਖ ਭੁੱਲਾਂਗੇ ਉਦੋਂ ਕੌਣ ਜਾਣਦਾ ਸੀ ਹਾਸੇ ਪਾਣੇ ਚ ਦੀ ਗੱਲ ਚ ਕਿਹੜੀਆਂ ਰਮਜ਼ਾਂ ਲੁਕੀਆਂ ਹੋਈਆਂ ਸਨ ਕੌਣ ਸੋਚ ਸਕਦਾ ਸੀ ਕਿ 800 ਮੀਟਰ ਦੀ ਦੌੜ ਦਾ ਇਹ ਨੈਸ਼ਨਲ ਚੈਂਪੀਅਨ ਇੰਨੀ ਛੇਤੀ ਜਹਾਨ ਛੱਡ ਜਾਏਗਾ ਪਰ ਪਾਣਾ ਵਰਤ ਕੇ ਰ ਕੁਦਰਤ ਨੇ ਉਹਨੂੰ ਸ਼ਰਾਬੀ ਬਣਾ ਕੇ ਦੁਨੀਆ ਦੇ ਦੁੱਖ ਭੁਲਾਉਣ ਦੀ ਤਾਂ ਉਦੀ ਜ਼ਿੰਦਗਾਨੀ ਦੌੜ ਦੇ ਲੇਖੇ ਲਾਈ ਖੇਡਾਂ ਦੇ ਇਤਿਹਾਸ ਵਿੱਚ ਉਹਦਾ ਬੁਲੰਦ ਜੇਰਾ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਏਗਾ ਆਉਂਦੀਆਂ ਪੀੜ੍ਹੀਆਂ ਪੰਜਾਬ ਦੇ ਇਸ ਖਿਡਾਰੀ ਨੂੰ ਚੇਤੇ ਕਰਕੇ ਨਮੀਆਂ ਜਿੱਤਾਂ ਵੱਲ ਮੂੰਹ ਕਰਨਗੀਆਂ ਜਰਨੈਲ ਦੁਆਬੇ ਦਾ ਜੰਪਾਲ ਸੀ ਮੁੱਢਲੀ ਵਿਦਿਆਉ ਨੇ ਮਾਹਲਪੁਰ ਲਈ ਸੀ ਉੱਥੋਂ ਹੀ ਉਹਦਾ ਖੇਡ ਜੀਵਨ ਸ਼ੁਰੂ ਹੋਇਆ ਉਹਦਾ ਬਹੁਤਾ ਝੁਕਾਅ ਫੁੱਟਬਾਲ ਵੱਲ ਸੀ ਮਾਹਲਪੁਰ ਫੁੱਟਬਾਲ ਕੇਂਦਰ ਹੈ ਜਿਵੇਂ ਜਲੰਧਰ ਹਾਕੀ ਦਾ ਏਸ਼ੀਆ ਤੇ ਭਾਰਤ ਦੀਆਂ ਫੁੱਟਬਾਲ ਟੀਮਾਂ ਦੀ ਕਪਤਾਨੀ ਕਰਨ ਵਾਲਾ ਜਰਨੈਲ ਸਿੰਘ ਵੀ ਮਹਲਪੁਰ ਦੀ ਹੀ ਦੇਣ ਹੈ ਜਰਨੈਲ ਨੇ ਦੱਸਿਆ ਸੀ ਕਿ ਮੈਨੂੰ ਫੁੱਟਬਾਲ ਦਾ ਇੰਨਾ ਸ਼ੌਕ ਸੀ ਬਈ ਮੈਂ ਨਿੱਕੇ ਹੁੰਦੇ ਨੇ 13-13 ਮੀਲ ਫੁੱਟਬਾਲ ਦਾ ਮੈਚ ਦੇਖਣ ਨੱਠੇ ਜਾਣਾ ਉਦੋਂ ਦਮ ਵੀ ਨਹੀਂ ਸੀ ਛੜਦਾ ਹੁਣ ਝੋਟੇਆਂ ਹੌਂਕੀ ਦਾ ਮੈਨੂੰ ਪ੍ਰਿੰਸੀਪਲ ਕਹਿੰਦਾ ਹੁੰਦਾ ਸੀ ਬਈ ਤੂੰ ਫੁੱਟਬਾਲ ਹੀ ਖੇਡ ਤੇਰੀ ਕਿੱਕ ਵੀ ਦੂਜੇ ਜਰਨੈਲ ਨਾਲੋਂ ਜ਼ਿਆਦੇ ਆ ਤੇ ਦੌੜ ਵੀ ਜ਼ਿਆਦੇ ਆ ਤੇ ਮੁਰਦਾ ਵੀ ਉਹਦੇ ਨਾਲੋਂ ਛੇਤੀ ਆ ਪਰ ਗੇੜ ਇਹੋ ਜਿਹਾ ਬਣਿਆ ਕਿ ਮੈਂ ਥਲੇਟਿਕਸ ਅੱਲੇ ਆ ਗਿਆ 1958 ਵਿੱਚ ਉਹਨੇ ਪੰਜਾਬ ਯੂਨੀਵਰਸਿਟੀ ਦੀ 800 ਮੀਟਰ ਦੌੜ ਜਿੱਤੀ 1960 ਵਿੱਚ ਅੰਤਰ ਯੂਨੀਵਰਸਿਟੀ ਦੇ ਦੋ ਰਿਕਾਰਡ ਕੀਤੇ ਜੋ ਲਗਭਗ 10 ਸਾਲ ਕਾਇਮ ਰਹੇ 800 ਮੀਟਰ ਦਾ 1 ਮਿੰਟ 55. 5 ਸੈਕਿੰਡ ਤੇ 1500 ਮੀਟਰ ਦਾ 3 ਮਿੰਟ ਤੇ 53 ਸੈਕਿੰਡ ਫਿਰ ਉਹ ਭਾਰਤੀ ਰੇਲਵੇ ਪੁਲਿਸ ਵਿੱਚ ਸਬ ਇੰਸਪੈਕਟਰ ਬਣ ਗਿਆ ਇਸ ਵਿੱਚ ਉਹ ਕਈ ਵਾਰ ਨੈਸ਼ਨਲ ਚੈਂਪੀਅਨ ਬਣਿਆ ਭਾਰਤੀ ਟੀਮ ਦਾ ਮੈਂਬਰ ਬਣ ਕੇ ਏਸ਼ੀਆਈ ਖੇਡਾਂ 'ਚ ਵੀ ਹਿੱਸਾ ਲਿਆ ਜਰਮਨੀ ਤੇ ਹੋਰ ਯੂਰਪੀ ਦੇਸ਼ਾਂ ਵਿੱਚ ਵੀ ਦੌੜਿਆ 800 ਮੀਟਰ ਦਾ ਉਹਦਾ ਟਾਈਮ 1 ਮਿੰਟ 50.2 ਸੈਕਿੰਡ ਸੀ ਤੇ 1500 ਮੀਟਰ ਦਾ 3 ਮਿੰਟ 53.5 ਸਕਿੰਡ ਇੱਕ ਸਮੇਂ ਉਹ ਭਾਰਤੀ ਰੇਲਵੇਜ਼ ਦਾ ਸਭ ਤੋਂ ਵਧੀਆ ਖਿਡਾਰੀ ਮੰਨਿਆ ਗਿਆ ਸੀ ਤੇ ਉਹਨੂੰ ਮਾਰਸ਼ਲ ਟੀਟੋ ਦਾ ਸੋਨੇ ਦਾ ਤਗਮਾ ਮਿਲਿਆ ਸੀ ਉਹਦੇ ਸਿਰ ਦੇ ਅਗਲੇ ਪਾਸਿਓਂ ਵਾਲ ਉੱਡੇ ਹੋਏ ਸਨ ਮੈਂ ਉਹਦੇ ਗੰਜ ਦਾ ਕਾਰਨ ਪੁੱਛਿਆ ਤਾਂ ਉਹਨੇ ਕਿਹਾ ਸੀ ਵਾਲ ਤਾਂ ਮੇਰੇ ਪਹਿਲਾਂ ਵੀ ਜ਼ਿਆਦਾ ਨਹੀਂ ਸੀ ਪਰ ਜਦੋਂ ਮੇਰੀ ਬਦਲੀ ਬੀਕਾਨੇਰ ਦੀ ਹੋਈ ਤਾਂ ਰੰਦੇ ਖੁੰਦੇ ਵੀ ਉੱਡ ਗਏ ਉੱਥੇ ਨਾ ਪਾਣੀ ਤੇ ਨਾ ਕੋਈ ਹੋਰ ਰੌਣਕ ਗੰਜਾ ਨਾ ਹੁੰਦਾ ਤਾਂ ਹੋਰ ਕੀ ਹੁੰਦਾ ਜੇ 2 ਕੁ ਮਹੀਨੇ ਹੋਰ ਰਹਿਣਾ ਹੁੰਦਾ ਤਾਂ ਜੂੜੀ ਜੀ ਵੀ ਉੱਡ ਜਾਂਦੀ ਉਹ ਭਾਵੇਂ ਦੌੜ ਲਾ ਰਿਆ ਹੁੰਦਾ ਭਾਵੇਂ ਡਿਊਟੀ ਦੇ ਰਿਆ ਹੁੰਦਾ ਤੇ ਭਾਵੇਂ ਤਾਸ਼ ਖੇਡ ਰਿਆ ਹੁੰਦਾ ਉਹਦੀਆਂ ਅੱਖਾਂ ਅਧੀਆਂ ਕੁ ਮਿਚੀਆਂ ਰਹਿੰਦੀਆਂ ਲੱਗਦਾ ਸੀ ਨੀਂਦ ਆਈ ਕਿ ਆਈ ਪਰ ਨੀਂਦ ਉਹਨੂੰ ਘਟ ਆਉਂਦੀ ਸੀ ਕਈ ਵਾਰ ਜਦੋਂ ਉਹਨੂੰ ਨੀਂਦ ਨਹੀਂ ਸੀ ਆਉਂਦੀ ਤਾਂ ਉਹ ਦੌੜਨ ਲੱਗ ਜਾਂਦਾ ਸੀ ਸੌਰੀ ਮੁਕਲਾਵਾ ਲੈਣ ਗਿਆ ਤਾਂ ਰਾਤ ਨੂੰ ਉਹਦਾ ਦੌੜਨ ਨੂੰ ਦਿਲ ਕਰੇ ਅਕੀਰੂ ਮੱਲਕ ਦੇ ਨੇ ਉੱਠਿਆ ਤੇ ਪੋਲੇ ਪੈਰੀਂ ਪਿੰਡੋਂ ਬਾਹਰ ਜਾ ਕੇ ਦੌੜਿਆ ਨਿੱਕੇ ਹੁੰਦੇ ਉਹਨੂੰ ਸਾਥੀਆਂ ਨਾਲ ਖੇਡਦੇ ਰਾਤ ਪੈ ਜਾਂਦੀ ਹਨੇਰਾ ਵੱਧਦਾ ਜਾਂਦਾ ਪਰ ਉਹ ਖੇਡਣੋਂ ਨਾ ਹਟਦੇ ਉਹ ਦੱਸਦਾ ਸੀ ਖੇਡਣ ਦਾ ਪੁੱਸ ਵੀ ਕਮਾਲ ਦਾ ਖੁੱਦੋ ਦਿਸਣੋਂ ਹਟ ਜਾਣੀ ਪਰ ਫਿਰ ਵੀ ਖੇਡਦੇ ਰਹਿਣਾ ਹਨੇਰੇ ਹੋਏ ਜਦੋਂ ਘਰ ਜਾਣਾ ਤਾਂ ਘਰੋਂ ਰੋਟੀ ਨਾ ਮਿਲਨੀ ਘਰਦਿਆਂ ਨੇ ਕਹਿਣਾ ਜਿੱਥੋਂ ਖੇਡ ਕੇ ਆਏ ਉੱਥੇ ਹੀ ਖਾ ਲਓ ਬੰਨੀਆਂ ਬਸ ਫਿਰ ਉਦਾਂ ਹੀ ਸੌ ਜਾਣਾ ਭੁੱਖਿਆਂ ਨੇ ਕਈ ਵਾਰ ਮਾਣੇ ਤਰਸ ਖਾ ਕੇ ਰੋਟੀ ਦੇ ਦੇਣੀ ਤੇ ਕਈ ਵਾਰ ਭੁੱਖੇ ਹੀ ਰਹਿਣਾ ਪਰ ਖੇਡ ਨਾ ਛੱਡੀ ਜਾਣੀ ਉਹ ਬੜਾ ਸਾਰਥਾ ਭੱਜਦਾ ਸੀ ਉਹਦੀਆਂ ਬਾਹਾਂ ਤੇ ਲੱਤਾਂ 'ਚ ਹੌਲੀ ਫੁੱਲ ਇੱਕ ਸਾਰਤਾ ਬਣੀ ਰਹਿੰਦੀ ਸੀ ਉਹਦਾ ਕੋਈ ਇੱਕ ਕੋਚ ਨਹੀਂ ਸੀ ਵੱਖ-ਵੱਖ ਕੋਚਾਂ ਤੋਂ ਆਪਣੀ ਦੌੜ ਬਾਰੇ ਪੁੱਛ-ਪੁੱਛਾ ਕੇ ਉਹ ਵਿਚਕਾਰਲਾ ਰਸਤਾ ਬਣਾ ਲੈਂਦਾ ਸੀ ਲਹਿਰੀ ਬੰਦਾ ਸੀ ਉਹਦੀ ਲਹਿਰ ਦੀਆਂ ਅੱਜ ਵੀ ਕਈ ਗੱਲਾਂ ਚੇਤੇ ਆਉਂਦੀਆਂ ਹਨ ਇੱਕ ਵਾਰ ਸਟੇਡੀਅਮ ਦੇ ਕਮਰੇ ਚੋਂ ਤਾਸ਼ ਖੇਡ ਰਿਹਾ ਸੀ ਖੇਡਦੇ ਖੇਡਦੇ ਦਿਨ ਚੜ ਗਿਆ ਮੁਕਾਬਲੇ ਸ਼ੁਰੂ ਹੋ ਗਏ ਦੌੜ ਦੇ ਨਤੀਜੇ ਨਿਕਲਣ ਲੱਗੇ ਪਰ ਉਹ ਤਾਸ਼ ਖੇਡਦਾ ਰਿਹਾ ਉਸ ਦੀ ਦੌੜ ਦਾ ਪਹਿਲਾ ਸੱਦਾ ਹੋ ਗਿਆ ਫਿਰ ਦੂਜਾ ਪਰ ਉਹਦੇ ਉਹਨੇ ਹੱਥੋਂ ਬਾਜੀ ਨਾ ਸੁਟੀ ਤੀਜਾ ਸੱਦਾ ਹੋਣ ਤੇ ਉਹਨੇ ਨਾਲ ਬੈਠੇ ਨੂੰ ਕਿਹਾ ਫੜੀ ਮੇਰੀ ਬਾਜੀ ਮੈਂ ਦੌੜ ਲਾਵਾਂ ਉਹਨੇ ਬਿਨਾਂ ਸਰੀਰ ਗਰਮਾਇਆ ਉੱਥੇ ਬੈਠੇ ਬੈਠੇ ਸਪਾਈਕਸ ਬਣੇ ਤੇ ਲਕੀਰ ਤੇ ਜਾ ਕੇ ਖੜਾ ਹੋਇਆ ਉਹ ਅੰਨੇ ਬਾਦ ਦੌੜਿਆ ਤੇ ਅੱਵਲ ਆ ਗਿਆ ਉਹ ਟਾਈਮ ਉਹਦੇ ਸੀਜ਼ਨ ਦਾ ਸਭ ਤੋਂ ਵਧੀਆ ਟਾਈਮ ਸੀ ਤੇ ਉਹ ਬਾਜੀ ਮੁੱਕਣ ਤੋਂ ਪਹਿਲਾਂ ਪਹਿਲਾਂ ਬਾਜੀ ਕੋਲ ਪਹੁੰਚ ਗਿਆ ਉਹ ਚਾਹ ਨਹੀਂ ਸੀ ਪਿੰਦਾ ਕਹਿੰਦਾ ਸੀ ਗਰਮੀ ਕਰਦੀ ਆ ਪਰ ਸ਼ਰਾਬ ਸੁੱਕੀ ਨਹੀਂ ਸੀ ਛੱਡਦਾ ਇੱਕ ਵਾਰ ਦੱਖਣ ਦੇ ਖਿਡਾਰੀ ਮਖੌਲ ਕਰਨ ਲੱਗੇ ਜਰਨਲ 12 ਸੰਤਰੇ ਲੈ ਲੈ ਜੇ ਨੰਗਾ ਹੋ ਕੇ ਵਿਖਾ ਦੇ ਉਹਨੇ ਕੱਠਾ ਚਲਾ ਕੇ ਮਾਰਿਆ ਤੇ ਨੱਚਣ ਲੱਗ ਪਿਆ ਵੇਖਣ ਵਾਲਿਆਂ ਦੇ ਹਾਸਾ ਛੱਡੀ ਪੀੜਾਂ ਪੈ ਗਈਆਂ ਜਰਨੈਲ ਨੇ ਸੰਤਰਿਆਂ ਦਾ ਥੈਲਾ ਚੁੱਕਿਆ ਤੇ ਆਪਣੇ ਦੋਸਤਾਂ 'ਚ ਵੰਡਣ ਲੱਗਾ ਨਾਲੇ ਵੰਡੀ ਜਾਵੇ ਨਾਲੇ ਕਹੀ ਜਾਵੇ ਇਹ ਤੁਸੀਂ ਖਾ ਲਓ ਜਦੋਂ ਉਹਨਾਂ ਦੁੱਧ ਲਿਆਂਦਾ ਉਹ ਵੀ ਨੰਗਾ ਹੋ ਕੇ ਲੈ ਆਉ ਇਹਦੇ 'ਚ ਕਾਦੀ ਸ਼ਰਮਾ ਨਿੱਕੇ ਹੁੰਦੇ ਨੰਗੇ ਹੀ ਰਹਿੰਦੇ ਸੀ ਉਹਦੇ ਕੋਚ ਸੈਣੀ ਦੇ ਘਰ ਮੁੰਡਾ ਹੋਇਆ ਉਹ ਕੋਚ ਦੇ ਘਰ ਵਧਾਈ ਦੇਣ ਗਿਆ ਪਰ ਵਧਾਈ ਦੇਣੀ ਭੁੱਲ ਗਿਆ ਸ਼ਾਮ ਨੂੰ ਕੋਚ ਨੇ ਦੌੜਾਇਆ ਤਾਂ ਥੋੜਾ ਜਿਹਾ ਦੌੜ ਕੇ ਵਾਪਸ ਮੁੜ ਕੇ ਇੰਨੀ ਕਹਿੰਦੇ ਆ ਸੈਣੀ ਸਾਹਿਬ ਮੁੰਡਾ ਜੰਮਣ ਦੀ ਵਧਾਈ ਹੋਵੇ ਫਿਰ ਦੌੜ ਪਿਆ ਉਹ ਕਦੀ ਕਦਾਈਂ ਸਿਨੇਮਾ ਵੇਖ ਕੇ ਆਉਂਦਾ ਸੀ ਤਾਂ ਕਹਿੰਦਾ ਸੀ ਮੁੜ ਕੇ ਸਿਨੇਮਾ ਨਹੀਂ ਦੇਖਣਾ ਕੱਪੜਾ ਵਧੀਆ ਖਰੀਦਦਾ ਸੀ ਪਰ ਹੰਡਾਉਂਦਾ ਖੱਦਰ ਵਾਂਗ ਸੀ ਜਦੋਂ ਤੱਕ ਪਾਟ ਨਹੀਂ ਸੀ ਜਾਂਦਾ ਹਰੇਕ ਥਾਂ ਮਦੋਲੀ ਫਿਰਦਾ ਸੀ ਦੌੜ ਦੌੜ ਜਾਬਾਂ ਵਿੱਚ ਬੜੀਆਂ ਪਈਆਂ ਸਨ ਪਰ ਪੱਟ ਮੋਟੇ ਸਨ ਕਹਿਣਾ ਹੁੰਦਾ ਸੀ ਦੇਖੋ ਮੇਰੇ ਪੱਟ ਕਿ ਡਿਕ ਡੇ ਆ ਨੱਠਣ ਵਾਲਿਆਂ ਦੇ ਪੱਟ ਮਰੇ ਮਰੇ ਹੁੰਦੇ ਆ ਮੈਂ ਨਿੱਕੇ ਹੁੰਦੇ ਨੇ ਬੈਟਕਾਂ ਕੱਢੀਆਂ ਇੱਕ ਇੱਕ ਲੱਤ ਤੇ ਪ੍ਰੈਕਟਿਸ ਕੀਤੀ ਮੈਂ ਤਾਂ ਕਹਿੰਨਾ ਵੀ ਜਿਹਨੇ ਨੱਠਣਾ ਹੈ ਪਹਿਲਾਂ ਲੱਤਾਂ ਤਕੜੀਆਂ ਕਰੇ ਮੇਰੇ ਅੰਗ ਇੱਕ ਇੱਕ ਲੱਤ ਤੇ ਪ੍ਰੈਕਟਿਸ ਕਰੇ ਲੁਧਿਆਣੇ ਕੋਚਿੰਗ ਕੈਂਪ ਵਿੱਚ ਮੈਂ ਉਹਨੂੰ ਇੱਕ ਲੱਤ ਤੇ ਦੌੜਦਿਆਂ ਗਰਾਊਂਡ ਦੇ ਢੇੜੇ ਕੱਢਦਿਆਂ ਵੇਖਿਆ ਸੀ 1960 ਦੀ ਗੱਲ ਹੈ ਅਸੀਂ ਦੋਵੇਂ ਇੱਕ ਕੈਂਪ ਵਿੱਚ ਸਾਂ ਮੇਰੇ ਸਾਹਮਣੇ ਮੇਜ਼ ਉੱਤੇ ਰੋਟੀ ਖਾਣ ਬੈਠਾ ਸੀ ਤਾਂ ਮੈਨੂੰ ਯਕੀਨੀ ਸੀ ਆ ਰਿਹਾ ਕਿ ਟੁੱਟਿਆ ਜੱਥਲੀਟ ਇੰਟਰ-ਰੈਸਟੀ ਚੈਂਪੀਅਨ ਹੈ ਉਹ ਹਾਕ ਹੈ ਕਿ ਨਹੀਂ ਦੌਹਾਂਗਾ ਰ ਪਰਦਾ ਸੀ ਲੁਧਿਆਣੇ ਅਸੀਂ ਦੁਸਹਿਰਾ ਵੇਖਣ ਗਏ ਤਾਂ ਸਾਨੂੰ ਭੀੜ ਤੋਂ ਲਾਂਬੇ ਰਹਿਣ ਲਈ ਆਖੀ ਜਾਈ ਉਹਦੀ ਦਲੀਲ ਸੀ ਕਿ ਕਿਸੇ ਦੇ ਗਿੱਟੇ ਨੂੰ ਮੋਚ ਆ ਜਾਊ ਅੱਜ ਚੇਤੇ ਆਉਂਦਾ ਹੈ ਜਿਹੜਾ ਜਰਨੈਲ ਸਾਥੀਆਂ ਦੇ ਗਿੱਟੇ ਨੂੰ ਵੀ ਮੋਚ ਆਉਣ ਤੋਂ ਬਚਾਉਂਦਾ ਸੀ ਉਹਨੇ ਦੌੜਦਿਆਂ ਆਪਣੀ ਜਾਨ ਦੀ ਵੀ ਪਰਵਾਹ ਕਿਉਂ ਨਾ ਕੀਤੀ ਲੁਧਿਆਣਾ ਵਿੱਚ ਹੀ ਉਹ ਨਹਿਰ ਦੀ ਪੱਟੜੀ ਤੇ ਦੌੜਿਆ ਤੇ ਲੁਧਿਆਣੇ ਦੇ ਐਸਆਈ ਹਸਪਤਾਲ ਵਿੱਚ ਪ੍ਰਾਨ ਛੱਡੇ ਥੋੜਾ ਥੋੜਾ ਬਿਮਾਰਤਾ ਉਹ ਕਈ ਵਾਰ ਹੋਇਆ ਸੀ ਪਰ ਬਹੁਤਾ ਨਹੀਂ ਨਿੱਕੀਆਂ ਬਿਮਾਰੀਆਂ ਨੇ ਉਹਨੂੰ ਨੁਕਸਾਨ ਵੀ ਪਹੁੰਚਾਇਆ ਸੀ ਤੇ ਫਾਇਦਾ ਵੀ ਬਿਮਾਰ ਹੋ ਕੇ ਕਮਜ਼ੋਰ ਹੋ ਜਾਂਦਾ ਸੀ ਪਰ ਰਾਜੀ ਹੋ ਕੇ ਵਧੇਰੇ ਜੋਸ਼ ਨਾਲ ਅਭਿਆਸ ਕਰਦਾ ਸੀ ਜਦੋਂ ਜਿੱਤ ਜਾਂਦਾ ਸੀ ਆਰਾਮ ਨਾਲ ਬੈਠ ਜਾਂਦਾ ਸੀ ਪਰ ਜਦੋਂ ਹਾਰਦਾ ਸੀ ਤਾਂ ਖੁੰਦਕ ਖਾ ਕੇ ਜ਼ੋਰ ਨਾਲ ਪ੍ਰੈਕਟਿਸ ਕਰਦਾ ਸੀ ਇਹੋ ਕਾਰਨ ਹੈ ਕਿ ਜਿਹੜੇ ਮੁਕਾਬਲੇ ਉਹਨੇ ਜਿੱਤੇ ਨਾ ਉਹਨਾਂ ਦਾ ਹੀ ਪਹਿਲਾ ਇਲਮ ਸੀ ਤੇ ਜਿਹੜੇ ਹਾਰੇ ਨਾ ਹੀ ਉਹਨਾਂ ਦਾ ਜਦੋਂ ਬਦਾਮ ਸਸਤੇ ਸੀ ਉਹ ਬਦਾਮ ਚੱਪਦਾ ਸੀ ਫਿਰ मूंगਫਲੀ ਫਿਰ ਉਹ ਵਿਟਾਮਿਨਾਂ ਦੀਆਂ ਗੋਲੀਆਂ ਖਾਣ ਲੱਗ ਪਿਆ ਸੀ ਉਹਦਾ ਖੀਸਾ ਗੋਲੀਆਂ ਨਾਲ ਭਰਿਆ ਰਹਿੰਦਾ ਸੀ ਮੁਕਾਬਲੇ ਨੇੜੇ ਘਿਓ ਅੱਖਾਂ ਮੀਚ ਕੇ ਪੀਂਦਾ ਸੀ ਤੇ ਦੁੱਧ ਦਵਾਈ ਵਾਂਗ ਉਹਦੀ ਹਰ ਗੱਲ ਨਿਆਰੀ ਸੀ ਸਾਥੀਆਂ ਨੂੰ ਕਹਿੰਦਾ ਸੀ ਕੁੜੀਆਂ ਵੱਲ ਨਾ ਦੇਖੋ ਪਰ ਆਪ ਕਹਿੰਦਾ ਸੀ ਉਹਦੀ ਤਾਣ ਦੇਖੋ ਉਹਦੀ ਤੋਰ ਨਿੱਕੇ ਹੁੰਦੇ ਉਹਦਾ ਹੱਥ ਟੋਕੇ ਚ ਆ ਗਿਆ ਸੀ ਉਂਗਲਾ ਵੱਡੀਆਂ ਗਈਆਂ ਸਨ ਪਰ ਡਾਕਟਰ ਨੇ ਜੋੜ ਦਿੱਤੀਆਂ ਗੱਡਾ ਪਾਸ ਵਜਣ ਨਾਲ ਪਹੀਏ ਚ ਲੱਤ ਫਸ ਗਈ ਸੀ ਕੇਰਾ ਬਲਦ ਨੇ ਚੁੱਕ ਕੇ ਮਾਰਿਆ ਸੀ ਹਰ ਵਾਰ ਉਹ ਕੰਨੀ ਤੇ ਬਚਿਆ ਸੀ ਉਹਦੀ ਨਬਜ਼ 1 ਮਿੰਟ ਵਿੱਚ 35 ਤੋਂ 40 ਤੱਕ ਚਲਦੀ ਸੀ 70 80 ਦੀ ਧੜਕਨ ਤੇ ਦੌੜਦਾ ਸੀ ਇੰਨਾ ਜ਼ੋਰਦਾਰ ਸੀ ਦਿਲ ਉਹਦਾ ਸ਼ਾਇਦ ਇਹੋ ਕਾਰਨ ਹੈ ਕਿ ਅਖੀਰਲੀ ਦੌੜ ਉਨੇ ਹੱਥ ਨਾਲ ਦੌੜ ਸਕਿਆ ਪਿੱਛੇ ਜੇ ਉਹ ਡਾਡਾ ਉਦਾਸ ਹੋ ਗਿਆ ਸੀ ਹਰ ਇੱਕ ਚੀਜ਼ ਨੂੰ ਭੈੜੀ ਕਹਿਣ ਲੱਗ ਪਿਆ ਸੀ ਅਥਲੈਟਿਕਸ ਨੂੰ ਵੀ ਗਾਲਾਂ ਕੱਢਦਾ ਸੀ ਇਹਨੂੰ ਕੁੱਤਾ ਕੰਮ ਕਹਿੰਦਾ ਸੀ ਨੰਗ ਹੋਣ ਵਾਲਾ ਕੰਮ ਕਹਿੰਦਾ ਸੀ ਜਿੱਤ ਦੀ ਖੁਸ਼ੀ ਕੋਈ ਖੁਸ਼ੀ ਨਹੀਂ ਇਹ ਤਾਂ ਬੱਦਲਾਂ ਦੀ ਛਾਂ ਪਲ ਚਾਈ ਪਲਟ ਗਈ ਨੱਠੇ ਫਿਰਨ ਚ ਕੋਈ ਸਵਾਦ ਨਹੀਂ ਲੋਕੀ ਐਵੇਂ ਖੁਰਾਕਾਂ ਖਾ ਖਾ ਹਰ ਖ ਨਾਲ ਅੱਧੀ ਅੱਧੀ ਰਾਤ ਨੱਠੇ ਫਿਰਦੇ ਆ ਮੁਕਾਬਲੇ ਚ ਇੱਕ ਦੂਜੇ ਨੂੰ ਅੱਖਾਂ ਪਾੜ ਪਾੜ ਵੇਖਦੇ ਹਨ ਨੱਠਣ ਵਰਗੀ ਸਜ਼ਾ ਹੋਰ ਕੋਈ ਨਹੀਂ ਪਰ ਉਹ ਇੰਨਾ ਕਹਿਣ ਦੇ ਬਾਵਜੂਦ ਵੀ ਉਹ ਦੌੜ ਛੱਡ ਨਾ ਸਕਿਆ ਉਹਦੇ ਸਾਥੀ ਉਮਰ ਨਾਲ ਦੌੜਨਾ ਛੱਡ ਗਏ ਉਹਨਾਂ ਨੇ ਜਰਨਲ ਨੂੰ ਵੀ ਸਮਝਾਇਆ ਕਿ ਉਮਰ ਨਾਲ ਬਥੇਰਾ ਦੌੜ ਲਿਆ ਹੁਣ ਆਰਾਮ ਕਰੇ ਵੱਡੇ ਮੁਕਾਬਲੇ ਹੁਣ ਉਹ ਜਿੱਤ ਵੀ ਨਹੀਂ ਸੀ ਸਕਦਾ ਉਹਨੂੰ ਭਾਰਤੀ ਟੀਮ ਦੀ ਚੋਣ ਲਈ ਉਮੀਦਵਾਰ ਵਜੋਂ ਕੈਂਪ ਵਿੱਚ ਨਾਂ ਸੱਦਿਆ ਗਿਆ ਉਹਦੀ ਉਮਰ ਵੀ 32-33 ਸਾਲ ਤੋਂ ਉੱਤੇ ਦੀ ਹੋ ਗਈ ਸੀ ਉਨੇ ਹੇਠੀ ਮਹਿਸੂਸ ਕੀਤੀ ਤੇ ਦੁਬਾਰਾ ਅਭਿਆਸ ਆਰੰਭ ਦਿੱਤਾ ਜੁਲਾਈ ਦਾ ਮਹੀਨਾ ਸੀ ਉਹ ਲੁਧਿਆਣੇ ਕ੍ਰਾਸ ਕੰਟਰੀ ਦੌੜਨ ਆਇਆ ਰਾਤ ਨੂੰ ਆਪਣੇ ਮਿੱਤਰ ਜਗਦੀਸ਼ ਸਿੰਘ ਨੂੰ ਮਿਲਿਆ ਜੋ ਏਸ਼ੀਆਈ ਖੇਡਾਂ ਚ ਸੋਨੇ ਦਾ ਤਗਮਾ ਜਿੱਤ ਕੇ ਐਥਲੈਟਿਕਸ ਤੋਂ ਰਿਟਾਇਰ ਹੋ ਚੁੱਕਾ ਸੀ ਜਗਦੀਸ਼ ਸਿੰਘ ਨੇ ਜਰਨੈਲ ਨੂੰ ਦੌੜਨੋਂ ਵਰਜਿਆ ਪਰ ਜਰਨੈਲ ਕਦੋਂ ਕਿਸੇ ਦੇ ਆਖੇ ਰੁਕਣ ਵਾਲਾ ਸੀ ਜ਼ਰਾਇਤੀ ਯੂਨੀਵਰਸਿਟੀ ਕੋਲ ਨਹਿਰ ਦੀ ਪਟੜੀ ਉੱਤੇ ਦੌੜ ਸ਼ੁਰੂ ਹੋਈ 1 ਜੁਲਾਈ ਦੀ ਹਮਸ ਦੂਜੇ ਨਹਿਰ ਕੰਡੇ ਰੁੱਖਾਂ ਦੀ ਰੁੱਖਾਂ ਦੇ ਕੱਖਾਂ ਦੀ ਪਾਣੀ ਚੋਂ ਵੀ ਜਿਵੇਂ ਸੇਕ ਨਿਕਲ ਰਿਹਾ ਸੀ ਸਾਡੇ 14 ਕਿਲੋਮੀਟਰ ਦੀ ਦੌੜ ਵਿੱਚੋਂ 20 ਕਿਲੋਮੀਟਰ ਰਹਿ ਗਏ ਤਾਂ ਜਰਨੈਲ ਲੜਖੜਾ ਕੇ ਡਿੱਗ ਪਿਆ ਡਿੱਗਦਿਆਂ ਉਹਨੇ ਸਹਾਰੇ ਲਈ ਇੱਕ ਕਿੱਕਰੀ ਦੀ ਡਾਣੀ ਹੱਥ 'ਚ ਫੜਨੀ ਚਾਹੀ ਪਰ ਹੱਥ ਉਸ ਦਾ ਮੁੱਢੀ ਨੂੰ ਪੈ ਗਿਆ ਜਗਦੀਸ਼ ਦੌੜ ਕੇ ਉਹਦੇ ਕੋਲ ਗਿਆ ਉਹ ਨੂੰ ਉਠਾਉਣ ਲੱਗਾ ਤਾਂ ਜਰਨੈਲ ਨੇ ਰੋਕਿਆ ਕਿਉਂਕਿ ਦੌੜ ਵਿੱਚ ਇਸ ਤਰ੍ਹਾਂ ਕੋਈ ਸਹਾਰਾ ਮਿਲਣ ਨਾਲ ਦੌੜਾਕ ਡਿਸਕਵਾਲਿਫਾਈ ਹੋ ਜਾਂਦਾ ਹੈ ਜਰਨੈਲ ਦੀ ਮੰਦੀ ਹਾਲਤ ਵੇਖਿਆਂ ਜਗਦੀਸ਼ ਨੇ ਕਿਹਾ ਤੂੰ ਦੌੜ ਵਿੱਚੋਂ ਛੱਡ ਦੇ ਜਰਨੈਲ ਨੇ ਕਿਹਾ ਨਹੀਂ ਮੈਂ ਦੌੜ ਪੂਰੀ ਕਰਾਂਗਾ ਜਰਨੈਲ ਦੇ ਵਰਜਨ ਦੇ ਬਾਵਜੂਦ ਵੀ ਜਦੋਂ ਜਗਦੀਸ਼ ਉਹਨੂੰ ਉਠਾਉਣ ਲੱਗਾ ਤਾਂ ਜਰਨੈਲ ਨੇ ਉਹਦੀਆਂ ਉਂਗਲਾਂ ਤੇ ਦੰਦੀ ਵੱਢੀ ਤੇ ਗੁੱਸੇ 'ਚ ਕਿਹਾ ਮੈਨੂੰ ਡਿਸਕਵਾਲਿਫਾਈ ਕਰਾਉਣਾ ਹੈ ਜਗਦੀਸ਼ ਲੰਬੇ ਹੋ ਗਿਆ ਜਰਨੈਲ ਡੋਲਦਾ ਜੇ ਉਠਿਆ ਤੇ 10 ਕਦਮ ਲੜਖੜਾ ਕੇ ਫੇਰ ਡਿੱਗ ਪਿਆ ਦੌੜ ਮੁੱਕਣ ਦੀ ਲਕੀਰ 10 ਮੀਟਰ ਰਹਿ ਗਈ ਉਹ ਫੇਰ ਉਠਿਆ 5 ਕਦਮ ਜਾ ਕੇ ਫੇਰ ਡਿੱਗ ਪਿਆ ਉਹਨੇ ਪੁੱਛਿਆ ਦੌੜ ਫਿਨਿਸ਼ ਹੋ ਗਈ ਜਵਾਬ ਨਹੀਂ ਚ ਮਿਲਿਆ ਤਾਂ ਉਹ ਫੇਰ ਉਠਿਆ ਤੇ ਉਠਦਾ ਹੀ ਡਿੱਗ ਪਿਆ ਤਕੜੀਆਂ ਲੱਤਾਂ ਵੀ ਤਕੜੇ ਦਿਲ ਵਾਲੇ ਵਜੂਦ ਨੂੰ ਖਿੱਚਣੋਂ ਜਵਾਬ ਦੇ ਗਈਆਂ ਕੋਲ ਖੜਿਆ ਨੇ ਕਿਹਾ ਦੌੜ ਵਿੱਚੇ ਛੱਡ ਦੇ ਪਰ ਉਹਨੇ ਦੌੜ ਵਿੱਚ ਚਾਲੇ ਨਾ ਛੱਡੀ ਅਖੀਰਲੇ 5 ਮਿੰਟ ਉਹਨੇ ਰੁੜ ਕੇ ਦੌੜ ਪੂਰੀ ਕੀਤੀ ਮੌਤ ਦੇ ਨੇੜੇ ਜਾ ਕੇ ਉਹ ਜਨਮ ਦੇ ਨੇੜੇ ਆ ਗਿਆ ਸੀ ਉੱਥੋਂ ਉਹਨੂੰ ਹਸਪਤਾਲ ਲੈ ਗਏ 35 40 ਚੱਲਣ ਵਾਲੀ ਨਬਜ਼ 100 ਤੋਂ ਥੱਲੇ ਨਾ ਸਕੇ ਤੇ ਅਖੀਰ ਹਮੇਸ਼ਾ ਲਈ ਰੁਕ ਗਈ ਧੰਨਵਾਦ ਇਹ ਲੇਖ ਨਵੰਬਰ 1976 ਵਿੱਚ ਲਿਖਿਆ ਗਿਆ